ਲੁਧਿਆਣਾ ਸ਼ਹਿਰ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਜਿਸ ਨੇ ਸਿੱਖ ਸਮਾਜ ਦਾ ਦਿਲ ਵਲੂਣ ਕੇ ਰੱਖ ਦਿੱਤਾ। ਕੁਝ ਦੋਸਤਾਂ ਨੇ ਆਪਣੇ ਦੋਸਤ ਦੇ ਘਰ ਜਨਮ ਦਿਨ ਮਨਾਇਆ, ਪਾਰਟੀ ਕੀਤੀ, ਪਰ ਅਫਸੋਸਨਾਕ ਪਹਿਲੂ ਇਹ ਰਿਹਾ ਕਿ ਉਹਨਾਂ ਨੇ ਇਸ ਪਾਰਟੀ ਵਿੱਚ ਸ਼ਰੇਆਮ ਸ਼ਰਾਬ ਦੀ ਵਰਤੋਂ ਕੀਤੀ। ਉਹਨਾਂ ਦੇ ਗਰੁੱਪ ਵਿੱਚ ਸਿੱਖ ਪਰਿਵਾਰਾਂ ਤੋਂ ਵੀ ਲੜਕੇ ਸ਼ਾਮਲ ਸਨ। ਜਿਸ ਕਦਰ ਉਹਨਾਂ ਨੇ ਸ਼ਰਾਬ ਦੇ ਬਾਟੇ ਨੂੰ ਅੰਮ੍ਰਿਤ ਬਣਾ ਕੇ ਪੇਸ਼ ਕੀਤਾ ਅਤੇ ਜੈਕਾਰੇ ਲਗਾਏ, ਇਹ ਸਾਰੀ ਘਟਨਾ ਨੇ ਸਿੱਖਾਂ ਦੇ ਮਨਾਂ ਤੇ ਡੂੰਘੀ ਸੱਟ ਮਾਰੀ। ਇਸ ਵੀਡੀਓ ਦੇ ਵਾਇਰਲ ਹੋਣ ਤੋਂ ਬਾਅਦ ਸ਼ਹਿਰ ਦੀਆਂ ਸਿੱਖ ਜਥੇਬੰਦੀਆਂ ਨੇ ਇਕੱਠੇ ਹੋ ਕੇ ਪੁਲਿਸ ਨੂੰ ਰਿਪੋਰਟ ਦਰਜ ਕਰਨ ਵਾਸਤੇ ਕਾਰਵਾਈ ਸ਼ੁਰੂ ਕੀਤੀ। ਸ਼ਾਮ ਤੱਕ ਜਦ ਪਰਚਾ ਦਰਜ ਨਹੀਂ ਹੋਇਆ ਤਾਂ ਸਿੱਖ ਜਥੇਬੰਦੀਆਂ ਨੇ ਜਗਰਾਓਂ ਪੁਲ ਤੇ ਧਰਨਾ ਲਗਾ ਦਿੱਤਾ। ਬੜੀ ਜੱਦੋਜਹਿਦ ਬਾਅਦ ਪਰਚਾ ਦਰਜ ਹੋਇਆ। ਜਥੇਬੰਦੀਆਂ ਮੰਗ ਕਰ ਰਹੀਆਂ ਸਨ ਕਿ ਦੋਸ਼ੀਆਂ ਦੀ ਪਹਿਚਾਣ ਹੋ ਗਈ ਹੈ, ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਵੇ, ਨਹੀਂ ਤਾਂ ਉਹ ਦੁਬਾਰਾ ਧਰਨਾ ਸ਼ੁਰੂ ਕਰਨਗੇ। ਇਸ ਸਾਰੇ ਘਟਨਾਕ੍ਰਮ ਦੀ ਵੀਡੀਓ ਵਾਇਰਲ ਉਹਨਾਂ ਮੁੰਡਿਆਂ ਨੇ ਖੁਦ ਹੀ ਕੀਤੀ ਜਿਹੜੇ ਖੁਦ ਦੋਸ਼ੀ ਹਨ। ਇਸ ਤੋਂ ਵੀ ਵੱਧ ਖਤਰਨਾਕ ਪਹਿਲੂ ਇਹ ਹੈ ਕਿ ਇਸ ਵਿੱਚ ਸਿੱਖ ਧਰਮ ਨਾਲ ਸੰਬੰਧਿਤ ਨੌਜਵਾਨ ਵੀ ਸ਼ਾਮਲ ਹਨ ਅਤੇ ਉਹਨਾਂ ਨੇ ਦਸਤਾਰ ਵੀ ਸਜਾਈ ਹੋਈ ਹੈ ਅਤੇ ਜੈਕਾਰਾ ਵੀ ਛੱਡ ਰਹੇ ਹਨ। ਇਹ ਜਿਹੜਾ ਧਰਨਾ ਲਗਾਇਆ ਗਿਆ ਜੀ, ਇੱਕ ਕੱਲ੍ਹ ਜਿਹੜੀ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਕੁਝ ਨੌਜਵਾਨ ਮੁੰਡੇ ਸੀਗੇ, ਜਿਹਦੇ ਵਿੱਚ ਇੱਕ ਦੋ ਸਰਦਾਰ ਸੀ, ਬਾਕੀ ਮੋਨੇ ਮੁੰਡੇ 10-15 ਮੁੰਡੇ ਸੀ। ਉਹਨਾਂ ਵੱਲੋਂ ਸ਼ਰਾਬ ਦਾ ਇੱਕ ਭਾਂਡੇ ਦੇ ਵਿੱਚ ਸ਼ਰਾਬ ਪਾ ਕੇ ਅਤੇ ਸਾਰਿਆਂ ਨੂੰ ਪਿਲਾਏ ਜਾ ਰਹੇ ਸੀ ਅਤੇ ਕਹਿ ਰਹੇ ਸੀ ਖੰਡੇ ਬਾਟੇ ਦਾ ਅੰਮ੍ਰਿਤ ਛਕੋ ਅਤੇ ਛਬੀਲ ਪੀਓ। ਅਤੇ ਉਹਨਾਂ ਨੇ ਇੱਕ ਜਿਵੇਂ ਹੁਣ ਬੋਤਲਾਂ ਖੋਲ੍ਹਣ ਲੱਗੇ, ਜਕਾਰੇ ਲਾਏ ਪੁਲਿਸ ਉਹਨੇ ਆਪਦੇ, ਜਾਣ ਬੁੱਝ ਕੇ ਉਹਨਾਂ ਵੱਲੋਂ ਇਹ ਕਾਰਵਾਈ ਕੀਤੀ ਗਈ, ਕਿਉਂਕਿ ਜੇ ਤਾਂ ਸ਼ਰਾਬ ਦੇ ਨਸ਼ੇ ਵਿੱਚ ਕਾਰਵਾਈ ਕਰਦੇ, ਸ਼ਰਾਬ ਪੀਣ ਤੋਂ ਬਾਅਦ ਕਰਦੇ, ਫਿਰ ਗੱਲ ਹੋਰ ਸੀ। ਪਰ ਉਹਨਾਂ ਨੇ ਹੋਸ਼ੋ ਆਵਾਜ਼ ਦੇ ਵਿੱਚ ਇਹ ਕਾਰਵਾਈ ਕੀਤੀ ਹੈ ਜੋ ਸਾਫ਼ ਜ਼ਾਹਰ ਹੁੰਦਾ ਕਿ ਉਹਨਾਂ ਜਾਣ ਬੁੱਝ ਕੇ ਕੀਤੀ ਹੈ। ਜਥੇਬੰਦੀ ਸਮੂਹ ਸਿੱਖ ਸੰਗਤ ਆਈ, ਜਥੇਬੰਦੀ ਕੋਈ ਵੀ ਨਹੀਂ ਹੈ, ਸਾਰੀ ਸਿੱਖ ਸੰਗਤ ਪਹੁੰਚੀ ਹੈ। ਹਾਂਜੀ, ਅਕਾਲੀ ਦਲ ਦੇ ਵਰਕਰ ਆਏ ਨੇ, ਉਹ ਆਪਣੀ ਮਰਜ਼ੀ ਨਾਲ ਆਏ ਨੇ, ਕਿਸੇ ਨੇ ਉਹਨਾਂ ਨੂੰ ਨਹੀਂ ਮਤਲਬ ਕਿ ਬੁਲਾਇਆ। ਕਾਰਵਾਈ ਅਸੀਂ ਚਾਹੁੰਦੇ ਜਿਵੇਂ ਅਸੀਂ ਕੱਲ੍ਹ ਸ਼ਾਮ ਦੇ ਲੱਗੇ ਹੋਏ ਇਸ ਕੰਮ ਦੇ ਵਿੱਚ, ਅਸੀਂ ਕੱਲ੍ਹ ਸ਼ਾਮੀ ਘੱਟੋ ਘੱਟ 4-5 ਘੰਟੇ ਅਸੀਂ ਜਨਕਪੁਰੀ ਚੌਂਕੀ ਬੈਠੇ ਰਹੇ, 12-1 ਵਜੇ ਗਏ ਹਾਂ ਉੱਥੋਂ, ਸਾਰੇ ਬਿਆਨ ਲਗਵਾ ਕੇ ਅਤੇ ਉਹਨਾਂ ਨੂੰ ਵੈਰੀਫਾਈ ਕਰਾ ਕੇ ਮੁੰਡੇ ਕਿਹੜੇ ਨੇ। ਮੇਰਾ ਨਾਮ ਧਰਮਿੰਦਰ ਸਿੰਘ ਹੈ ਜੀ। ਇਹ ਦੋ ਦਿਨ ਪਹਿਲਾਂ ਹੈ ਨਾ, ਕੁਝ ਕੁ 15 ਕੁ ਮੁੰਡਿਆਂ ਨੇ ਜਿਹੜਾ ਅੰਮ੍ਰਿਤ ਦਾ ਬਾਟਾ ਤਿਆਰ ਹੁੰਦਾ ਅੰਮ੍ਰਿਤ ਛਕਾਉਣ ਵੇਲੇ, ਉੱਦਾਂ ਦੀ ਇੱਕ ਵੀਡੀਓ ਬਣਾ ਕੇ ਵਿੱਚ ਦਾਰੂ ਪਾ ਕੇ ਬਾਟੇ ਦੇ ਵਿੱਚ ਉੱਦਾਂ ਦੀ ਇੱਕ ਹਰਕਤ ਕਰਨ ਦੀ ਕੋਸ਼ਿਸ਼ ਕੀਤੀ, ਜਿਹਦੇ ਲਈ ਅਸੀਂ ਕੱਲ੍ਹ ਦੇ ਪ੍ਰਸ਼ਾਸਨ ਨੂੰ ਮੰਗ ਕਰ ਰਹੇ ਹਾਂ ਵੀ ਉਹਨਾਂ ਦੇ ਪਰਚਾ ਦਰਜ ਕਰਕੇ ਉਹਨਾਂ ਨੂੰ ਅੰਦਰ ਦਿੱਤਾ ਜਾਵੇ, ਤੋਂ ਹਜੇ ਤੱਕ ਕੋਈ ਸੁਣਵਾਈ ਨਹੀਂ ਹੋ ਰਹੀ, ਇਸ ਲਈ ਉਹਦੇ ਵਿੱਚ ਧਰਨਾ ਲਾਇਆ ਗਿਆ ਉਸ ਦੇ ਵਿਰੋਧ ਦੇ ਵਿੱਚ। ਉਹਦੇ ਵਿੱਚ 2-3 ਮੁੰਡੇ ਸਿੱਖ ਆ, ਬਾਕੀ ਹਿੰਦੂ ਪ੍ਰੇਮੀ ਨਾਲ ਰਿਲੇਟਡ ਨੇ। ਇਹ ਜਾਣ ਬੁੱਝ ਕੇ ਹੀ ਕੀਤਾ ਗਿਆ, ਕਿਉਂਕਿ ਜਦੋਂ ਉਹ ਇਹ ਕੰਮ ਕਰਦੇ ਨੇ ਉਹ ਕੋਈ ਨਿਸ਼ਾਨੀ ਕੀਤਾ ਸੀ, ਉਹ ਤਾਂ ਬਿਲਕੁਲ ਆਮ ਖੜੇ ਸੀ ਉਹ, ਬਾਅਦ ਵਿੱਚ ਉਹ ਇਹ ਕੰਮ ਕਰਦੇ, ਮਤਲਬ ਸਾਰਾ ਕੁਝ ਬੋਲ ਕੇ ਮਤਲਬ ਠੇਸ ਪਹੁੰਚਾਈ ਆ ਉਹਨਾਂ ਨੇ ਪੂਰੀ।
ਸਾਡੀ ਮੰਗ ਇਹੀ ਆ ਵੀ ਉਹਨਾਂ ਨੂੰ ਅਰੈਸਟ ਕਰਕੇ ਉਹਨਾਂ ਅੰਦਰ ਦਿੱਤਾ ਜਾਵੇ, ਜੋ ਬਣਦੀ ਕਾਰਵਾਈ ਉਹਨਾਂ 'ਤੇ ਕੀਤੀ ਜਾਵੇ ਬਸ। ਇਹ ਵਿਸ਼ਾ ਸਭ ਤੋਂ ਵੱਧ ਗੰਭੀਰ ਹੈ। ਫਿਰ ਇਹ ਵੀ ਨਹੀਂ ਕਿ ਉਹ ਅਨਪੜ੍ਹ ਹਨ ਜਾਂ ਅਣਜਾਣ ਹਨ, ਕਿਉਂਕਿ ਸੋਸ਼ਲ ਮੀਡੀਆ 'ਤੇ ਹਰ ਤਰ੍ਹਾਂ ਦੀ ਖਬਰ ਮਿਲ ਜਾਂਦੀ ਹੈ। ਫਿਰ ਕਾਰਨ ਕੀ ਰਿਹਾ ਕਿ ਇਹਨਾਂ ਸਭ ਵਿੱਚ ਸਿੱਖ ਨੌਜਵਾਨ ਦੇ ਮਾਂ ਬਾਪ ਨੂੰ ਬਰੀ ਕੀਤਾ ਜਾ ਸਕਦਾ ਹੈ? ਇਹ ਠੀਕ ਹੈ ਕਿ ਅੱਜ ਕੱਲ੍ਹ ਦੇ ਸਮੇਂ ਬੱਚੇ ਇੱਕ ਜਾਂ ਦੋ ਹੋਣ ਕਰਕੇ ਮਾਂ ਬਾਪ ਦੀ ਪਕੜ ਤੋਂ ਬਾਹਰ ਹੁੰਦੇ ਹਨ, ਪਰ ਫਿਰ ਵੀ ਇਹੋ ਜਿਹੀ ਹਰਕਤ ਤੋਂ ਬਾਅਦ ਮਾਂ ਬਾਪ ਨੂੰ ਉਹਨਾਂ ਦੀ ਜ਼ਿੰਮੇਵਾਰੀ ਤੋਂ ਮਾਫ ਨਹੀਂ ਕੀਤਾ ਜਾ ਸਕਦਾ। ਅਤੇ ਦੂਜੀ ਵੱਡੀ ਗੱਲ, ਇਹਨਾਂ ਸਭ ਵਿੱਚ ਠੀਕ ਪ੍ਰਚਾਰ ਦੀ ਵੀ ਕਮੀ ਰਹੀ। ਅੱਜ ਕੱਲ੍ਹ ਦਾ ਪ੍ਰਚਾਰ ਕੇਵਲ ਹੋਮੇ ਦਾ ਪ੍ਰਤੀਕ ਹੈ, ਉਹ ਭਾਵੇਂ ਗੁਰਦੁਆਰਾ ਕਮੇਟੀ ਵੱਲੋਂ ਹੋਵੇ ਜਾਂ ਕਿਸੇ ਪਰਿਵਾਰ ਵੱਲੋਂ। ਅੱਜ ਕੱਲ੍ਹ ਦਾ ਦੌਰ ਫੈਸ਼ਨ ਦਾ ਦੌਰ ਹੋ ਗਿਆ ਹੈ। ਗੁਰਪੁਰਬ ਹੋਵੇ ਜਾਂ ਕੋਈ ਹੋਰ ਸਮਾਗਮ, ਦਰਬਾਰ ਸਾਹਿਬ ਤੋਂ 11,000 ਰੁਪਏ ਦੇ ਰਾਗੀ ਸਿੰਘਾਂ ਤੋਂ ਕੀਰਤਨ ਕਰਾਓ, ਲੰਗਰ ਅਟੁੱਟ ਵਰਤਾਓ, ਦੇਖ ਸਕੋ ਘਰ ਆ ਜਾਓ। ਗੁਰਦੁਆਰਾ ਸਾਹਿਬ ਦੇ ਦਰਵਾਜ਼ੇ ਤੇ ਪ੍ਰਧਾਨ ਸਾਹਿਬ ਮੁੱਛਾਂ ਨੂੰ ਵੱਟ ਦਿੰਦੇ ਨਜ਼ਰ ਆਉਣਗੇ, ਧਾਰਮਿਕ ਸਮਾਗਮ ਬਹੁਤ ਵਧੀਆ ਹੋਇਆ, ਇਹ ਕਹਿ ਕੇ ਘਰ ਆ ਜਾਓ। ਇਹ ਅੱਜ ਕੱਲ ਦਾ ਮਾਡਰਨ ਪ੍ਰਚਾਰ ਹੈ। ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੇ ਪ੍ਰਚਾਰ ਦੀ ਕੋਈ ਗੱਲ ਨਹੀਂ ਕਹੀ। ਸੋ ਸੋਚਣਾ ਪਏਗਾ, ਅਸੀਂ ਕਿੱਥੇ ਜਾ ਰਹੇ ਹਾਂ? ਗੁਰੂ ਵਾਲੇ ਬਣੀਏ, ਜੋ ਗੁਰੂ ਦੇ ਸ਼ਬਦ ਨੇ ਉਸ ਨੂੰ ਪਛਾਣ ਕੇ ਉਸੇ ਤਰ੍ਹਾਂ ਅੱਗੇ ਵਧੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।